ਕਿੰਨੀ ਬੀਤੀ ਤੇ ਅਸੀਂ ਬੜੇ ਵੱਡਭਾਗੀ ਆਪਣੇ ਆਪ ਨੂੰ ਸਮਝਦੇ ਹਾਂ ਕਿ ਇਸ ਮੌਕੇ 'ਤੇ ਬਰਸੀ ਮਨਾਉਣ ਵਾਸਤੇ ਤਕਰੀਬਨ ਬਟਾਲੇ ਦੀਆਂ ਸਾਰੀਆਂ ਪਰਸਨੈਲਿਟੀਜ਼ ਘਰ ਦੇ ਵਿੱਚ ਆਉਂਦੀਆਂ ਅਤੇ ਉਹਨਾਂ ਨੂੰ ਯਾਦ ਕਰਦੀਆਂ। ਮੈਨੂੰ ਤੇਰਾ ਦੇਖੋ ਅੱਜ ਸਾਨੂੰ ਸਮਝ ਆਈ ਹੈ ਕਿ ਕਲਮ ਦੀ ਤਾਕਤ ਕੀ ਹੁੰਦੀ ਹੈ। ਸਾਨੂੰ ਸਕੂਲਾਂ 'ਚ ਪੜ੍ਹਾਇਆ ਜਾਂਦਾ ਸੀ ਕਿ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ, ਅਸੀਂ ਇਸ ਚੀਜ਼ ਨੂੰ ਨਹੀਂ ਸੀ ਸਮਝਦੇ। ਅਸੀਂ ਕਹਿੰਦੇ ਯਾਰ ਕਲਮ 'ਚ ਕੀ ਤਾਕਤ ਹੋ ਸਕਦੀ, ਤਾਕਤ ਤੇ ਤਲਵਾਰ 'ਚ ਹੁੰਦੀ। ਲੇਕਿਨ ਅੱਜ ਸਮਝ ਆਉਂਦੀ ਹੈ ਕਿ ਨਹੀਂ, ਕਲਮ ਦੀ ਤਾਕਤ ਅੱਗੇ ਕੋਈ ਵੀ ਜਿਹੜੀ ਤਾਕਤ ਆ ਉਹ ਟਿਕ ਨਹੀਂ ਸਕਦੀ। ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਕਿੰਨੀ ਬੀਤੀ ਤੇ ਕਿੰਨੀ ਬਾਕੀ ਏ ਸ਼ਿਵ ਨੂੰ ਇਹੋ ਹਿਸਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ। ਰਾਵੀ ਸਾਹਿਬ ਇਸ ਘਰ 'ਚੋਂ ਕਦੀ ਵੀ ਨਹੀਂ ਗਏ। ਦੇਖੋ ਬਜ਼ੁਰਗ ਕਦੀ ਮਰਦੇ ਨਹੀਂ ਹੈ ਜੀ, ਅਗਰ ਤੁਹਾਡੇ ਨਾਲ ਉਹਨਾਂ ਦੀ ਅਟੈਚਮੈਂਟ ਹੈ, ਤੁਸੀਂ ਇੱਕ ਪਰਿਵਾਰ ਨਾਲ ਜੁੜੇ ਹੋਏ ਹੋ, ਉਹ ਤੁਹਾਡੇ ਵਾਸਤੇ ਕਦੀ ਨਹੀਂ ਮਰਦੇ। ਹਿਸਾਬ ਲੈ ਜਦੋਂ ਉਹਨਾਂ ਦੀ ਬਰਸੀ ਜਾਂ ਜਨਮ ਦਿਨ ਮਨਾਇਆ ਜਾਂਦਾ ਉਹ ਸਾਨੂੰ ਲੱਗਦਾ ਸਾਡੇ 'ਚ ਮੌਜੂਦ ਹੀ ਹੁੰਦਾ। ਅਗਰ ਕਿਹਾ ਜਾਏ ਤਾਂ ਪੰਜਾਬੀ ਕਾਵਿ ਦਾ ਗ੍ਰੰਥ ਉਹ ਸ਼ਿਵ ਬਟਾਲਵੀ ਨੂੰ ਇਸ ਸਾਨੂੰ ਬੁਲਾਉਂਦੇ ਨੇ ਅਤੇ ਇੱਕ ਫਖਰ ਔਰ ਮਾਣ ਤਾਂ ਹੁੰਦਾ ਹੀ ਹੈ ਕਿ ਅਸੀਂ ਪਰਿਵਾਰ ਦੇ ਸਦੱਸੇ ਉਹਨਾਂ ਦੇ ਬਲੱਡ ਰਿਲੇਸ਼ਨ 'ਚ ਹਾਂ ਔਰ ਸਾਨੂੰ ਉਹਨਾਂ ਨੇ ਇਹ ਮਾਣ ਬਖਸ਼ਿਆ ਔਰ ਕੁਦਰਤੀ ਸਾਨੂੰ ਆਪਣੇ ਆਪ 'ਚ ਉਸ ਵੇਲੇ ਬੜਾ ਫਖਰ ਮਹਿਸੂਸ ਹੋਇਆ। ਮੈਨੂੰ ਤੇਰਾ ਸ਼ਬਾਬ ਲੈ ਸੋ ਬਿਰਹਾਂ ਦੇ ਸੁਲਤਾਨ ਜਿਹਨਾਂ ਨੂੰ ਕਿਹਾ ਜਾਂਦਾ ਹੈ, ਅਕਸਰ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਯਾਦ ਕਰਦੇ ਹੋ ਅਤੇ ਉਹਨਾਂ ਦੇ ਅੱਗੋਂ ਜਿਹੜੇ ਚੇਲੇ ਬਾਲ ਕੇ ਵੀ ਬੜੇ ਪਏ ਹੋਏ ਨੇ, ਤਾਂ ਜੋ ਲਿਖ ਦਿੰਦੇ ਸੀ ਚਲਦਿਆਂ ਚਲਦਿਆਂ ਲਿਖ ਦਿੰਦੇ ਸੀ ਪਰ ਉਹ ਬਹੁਤ ਵਾਇਰਲ ਹੁੰਦਾ ਸੀਗਾ, ਗੀਤ ਕਹਿ ਲਓ ਜਾਂ ਕੋਈ ਵੀ ਸੂਫੀ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਨੇ ਚਲਦਿਆਂ ਚਲਦਿਆਂ ਕਹਿੰਦੇ ਨੇ ਕਿ ਇੱਕ ਗੀਤ ਬਣਾ ਲੈਂਦੇ ਸੀ। ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ। 5ਵੀਂ ਬਰਸੀ ਆ ਉਹਨਾਂ ਦੀ ਮਨਾਈ ਜਾ ਰਹੀ ਹੈ ਸ਼ਿਵ ਕੁਮਾਰ ਬਟਾਲਵੀ ਦੀ, ਉਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਮਿਲਾਵਾਂਗੇ, ਤੁਹਾਨੂੰ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ, ਕਿਉਂਕਿ ਹਰ ਸਾਲ ਇੱਦਾਂ ਹੀ ਜਿਹੜਾ ਹੈ ਉਹਨਾਂ ਦਾ ਬਰਸੀ ਜਿਹੜੀ ਹੈ ਮਨਾਈ ਜਾਂਦੀ ਹੈ ਖੁਸ਼ੀਆਂ ਅਤੇ ਚਾਵਾਂ ਨਾਲ। ਸੋ ਅਫਸੋਸ ਵੀ ਹੁੰਦਾ ਹੈ ਕਿ ਸਾਡੇ ਵਿੱਚ ਮੌਜੂਦ ਨਹੀਂ ਹੈਗੇ, ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਇੱਥੇ ਅੱਜ ਵੀ ਬਟਾਲਾ ਦੇ ਵਿੱਚ ਨੇ। ਤਾਂ ਜਦੋਂ ਬਟਾਲਾ ਦੇ ਲੋਕ ਜਿਹੜੇ ਬਾਹਰ ਕਿਤੇ ਜਾਂਦੇ ਨੇ ਅਤੇ ਉੱਥੇ ਲੋਕ ਕਹਿੰਦੇ ਨੇ ਕਿ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਤੋਂ ਆਏ ਜੇ, ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਇੰਨੀ ਗੱਲ ਲੋਕ ਕਹਿੰਦੇ ਨੇ। ਸੋ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਾਂਗੇ। ਸੋ ਨਮਸਕਾਰ। ਨਮਸਕਾਰ ਸਰ, ਕੀ ਨਾਮ ਜੀ? ਮੇਰਾ ਨਾਮ ਰਜੀਵ ਬਟਾਲਵੀ। ਰਜੀਵ ਜੀ, ਅੱਜ ਫਿਰ ਕਿਤੇ ਨਾ ਕਿਤੇ ਯਾਦ ਆ ਗਈਆਂ ਸ਼ਿਵ ਕੁਮਾਰ ਬਟਾਲਵੀ ਦੀਆਂ, 5ਵੀਂ ਜਿਹੜੀ ਬਰਸੀ ਮਨਾਈ ਜਾ ਰਹੀ, ਕੀ ਕਹਿਣਾ ਚਾਹੁੰਦੇ ਜੀ? ਅੱਜ ਬਟਾਲਵੀ ਸਾਹਿਬ ਦੀ 51ਵੀਂ ਬਰਸੀ ਆ ਔਰ ਅੱਜ ਕਾਫੀ ਸਾਰੇ ਲੋਕ ਸਵੇਰ ਤੋਂ ਆ ਚੁੱਕੇ ਆ ਔਰ ਉਹਨਾਂ ਨੇ ਬਟਾਲਵੀ ਸਾਹਿਬ ਨੂੰ ਸ਼ਰਧਾਂਜਲੀਆਂ ਦਿੱਤੀਆਂ ਨੇ ਔਰ ਅਸੀਂ ਬੜੇ ਵੱਡਭਾਗੀ ਆਪਣੇ ਆਪ ਨੂੰ ਸਮਝਦੇ ਹਾਂ ਕਿ ਇਸ ਮੌਕੇ 'ਤੇ ਬਰਸੀ ਮਨਾਉਣ ਵਾਸਤੇ ਤਕਰੀਬਨ ਬਟਾਲੇ ਦੀਆਂ ਸਾਰੀਆਂ ਪਰਸਨੈਲਿਟੀਜ਼ ਘਰ ਦੇ ਵਿੱਚ ਆਉਂਦੀਆਂ ਅਤੇ ਉਹਨਾਂ ਨੂੰ ਯਾਦ ਕਰਦੀਆਂ
ਔਰ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ। ਸੋ ਸਵੇਰ ਤੋਂ ਫਿਰ ਇੱਦਾਂ ਹੀ ਜਿਹੜੀਆਂ ਰੌਣਕਾਂ ਲੱਗੀਆਂ ਜੀ, ਪਿਛਲੇ ਦਿਨ ਤੋਂ ਹੀ ਕੱਲ੍ਹ ਤੋਂ ਹੀ ਇੱਥੇ ਕਾਫੀ ਰੌਣਕ ਲੱਗੀ ਹੋਈ ਹੈ ਔਰ ਬਟਾਲਵੀ ਸਾਹਿਬ ਨੂੰ ਆਪਣੇ ਆਪਣੇ ਸਮੇਂ ਦੇ ਮੁਤਾਬਿਕ ਸਭ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਔਰ ਸਾਨੂੰ ਇਸ ਗੱਲ ਦੀ ਬੜਾ ਫਖਰ ਹੈ। ਸੋ ਫਿਰ ਉਹਨਾਂ ਦਾ ਕੋਈ ਮੂੰਹ ਤੋਂ ਬੋਲਿਆ ਹੋਇਆ ਕੋਈ ਲਫ਼ਜ਼ ਸਾਡੇ ਦਰਸ਼ਕਾਂ ਨੂੰ ਸੁਣਾਇਓ ਕਿ ਜਿਹੜਾ ਬਹੁਤ ਫੇਮਸ ਹੋਇਆ ਸੀ, ਅੱਜ ਵੀ ਲੋਕ ਯਾਦ ਕਰਦੇ ਨੇ, ਤਾਂ ਉਹ ਬੋਲ ਸੁਣਾਓ। ਬਟਾਲਵੀ ਸਾਹਿਬ ਦੇਖੋ ਉਹਨਾਂ ਦੀ ਪੋਇਟਰੀ ਜਿਹੜੀ ਆ ਉਹਦੇ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ, ਬਾਕੀ ਜੇ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਾਂਗਾ ਕਿ ਜਦੋਂ ਵੀ ਅਸੀਂ ਛੋਟੇ ਹੁੰਦੇ ਉਹਨਾਂ ਨੂੰ ਪੁੱਛਿਆ ਕਿ ਚਾਚਾ ਜੀ ਤੁਸੀਂ ਕੀ ਕੰਮ ਕਰਦੇ ਹੋ ਜੀ, ਉਹਨਾਂ ਨੇ ਕਹਿਣਾ ਕਿ ਜਦੋਂ ਬੇਟਾ ਵੱਡਾ ਹੋਏਗਾ ਤਾਂ ਪਤਾ ਲੱਗ ਜਾਏਗਾ ਮੈਂ ਕੀ ਕੰਮ ਕਰਦਾ ਜੀ। ਇਹ ਇੱਕ ਉਹ ਗੱਲ ਆ ਜਿਹੜੀ ਕਿ ਸਰ ਇੱਕ ਪਰਿਵਾਰ ਦੇ ਸਦੱਸੇ ਨੂੰ ਵੀ ਪਤਾ ਹੋ ਸਕਦੀ ਹੈ ਜੀ। ਅੱਜ ਫਿਰ ਪਤਾ ਲੱਗਦਾ ਪਿਆ ਕਿ ਉਹਨਾਂ ਨੇ ਉਹ ਗੱਲ ਕੀ ਕਰਦੇ। ਦੇਖੋ ਅੱਜ ਸਾਨੂੰ ਸਮਝ ਆਈ ਹੈ ਕਿ ਕਲਮ ਦੀ ਤਾਕਤ ਕੀ ਹੁੰਦੀ ਜੀ। ਸਾਨੂੰ ਸਕੂਲਾਂ 'ਚ ਪੜ੍ਹਾਇਆ ਜਾਂਦਾ ਸੀ ਕਿ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ, ਅਸੀਂ ਇਸ ਚੀਜ਼ ਨੂੰ ਨਹੀਂ ਸੀ ਸਮਝਦੇ। ਅਸੀਂ ਕਹਿੰਦੇ ਯਾਰ ਕਲਮ 'ਚ ਕੀ ਤਾਕਤ ਹੋ ਸਕਦੀ ਜੀ, ਤਾਕਤ ਤਾਂ ਤਲਵਾਰ 'ਚ ਹੁੰਦੀ ਜੀ। ਲੇਕਿਨ ਅੱਜ ਸਮਝ ਆਉਂਦੀ ਹੈ ਕਿ ਨਹੀਂ, ਕਲਮ ਦੀ ਤਾਕਤ ਅੱਗੇ ਕੋਈ ਵੀ ਜਿਹੜੀ ਤਾਕਤ ਆ ਉਹ ਟਿਕ ਨਹੀਂ ਸਕਦੀ ਔਰ ਇਹਦਾ ਬਿਲਕੁਲ ਇੱਕ ਪ੍ਰਤੱਖ ਉਦਾਹਰਨ ਸ਼ਿਵ ਬਟਾਲਵੀ ਜੀ। ਸੋ ਫਿਰ ਬੋਲ ਸੁਣਾ ਦਿਓ ਅੱਜ ਫਿਰ ਦਰਸ਼ਕ ਜਿਹੜੇ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਨਗੇ, ਕਿਉਂਕਿ ਤੁਸੀਂ ਵੀ ਪਰਿਵਾਰਕ ਮੈਂਬਰ ਦੇ, ਉਹਨਾਂ ਦੀ ਆਵਾਜ਼ ਕਿਤੇ ਨਾ ਕਿਤੇ ਅੱਜ ਉਹਨਾਂ ਨੂੰ ਯਾਦ ਆ ਜਾਏਗੀ, ਦੋ ਬੋਲ ਸੁਣਾ ਦਿਓ। ਦੇਖੋ ਬਟਾਲਵੀ ਸਾਹਿਬ ਇੱਕ ਅੱਛੇ ਗਾਇਕ ਵੀ ਸੀਗੇ ਤੇ ਪੋਇਟ ਤੇ ਸੀਗੀ, ਕਵੀ ਤੇ ਸੀਗੇ ਜੀ ਜੀ। ਬਾਕੀ ਉਹਨਾਂ ਦੇ ਪਰਿਵਾਰਕ ਸਦੱਸਿਆ ਹੋਣ ਦੇ ਨਾਤੇ ਮੈਂ ਦੋ ਬੋਲ ਤੁਹਾਨੂੰ ਸੁਣਾ ਦਿਆਂਗਾ ਉਹਨਾਂ ਦੀ ਕਿਸੇ ਪੋਇਟਰੀ ਦੇ ਜਿਹੜੀ ਕਿ ਅੱਜ ਵੀ ਲੋਕਾਂ ਨੂੰ ਮਤਲਬ ਕਾਫੀ ਪਸੰਦ ਹੈ ਜੀ। ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਕਿੰਨੀ ਬੀਤੀ ਤੇ ਕਿੰਨੀ ਬਾਕੀ ਕਿੰਨੀ ਬੀਤੀ ਤੇ ਕਿੰਨੀ ਬਾਕੀ ਸ਼ਿਵ ਨੂੰ ਇਹੋ ਹਿਸਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ। ਧੰਨਵਾਦ ਜੀ। ਵਾਹ, ਪਰਿਵਾਰ ਦੇ ਵਿੱਚ ਫਿਰ ਕੌਣ ਕੌਣ ਆ ਤੁਹਾਡੇ, ਉਹ ਵੀ ਉਹਨਾਂ ਦੇ ਬੱਚੇ ਕਿੰਨੇ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸਿਓ। ਪਰਿਵਾਰ ਬਟਾਲਵੀ ਜੀ, ਸ਼ਿਵ ਬਟਾਲਵੀ ਜੀ ਚਾਰ ਭਰਾ ਤੇ ਦੋ ਭੈਣਾਂ ਸੀਗੀਆਂ ਜੀ। ਮੇਰੇ ਫਾਦਰ ਸਾਹਿਬ ਸਭ ਤੋਂ ਵੱਡੇ ਸ਼੍ਰੀ ਦਵਾਰਕਾਦਾਸ ਜੀ, ਉਹਨਾਂ ਤੋਂ ਬਾਅਦ ਸ਼ਿਵ ਬਟਾਲਵੀ ਜੀ, ਉਹਨਾਂ ਤੋਂ ਛੋਟੇ ਆਪਣੇ ਸੁਭਾਸ਼ ਬਟਾਲਵੀ ਜੀ, ਤੇ ਉਹਨਾਂ ਦੇ ਵਿਚਕਾਰ ਦੋ ਉਹਨਾਂ ਦੀਆਂ ਸਿਸਟਰ ਵਰਸ਼ਾ ਤਾਰਾ ਜੀ ਔਰ ਸਰੋਜ ਮਹਿਤਾ ਜੀ, ਤੇ ਉਹਨਾਂ ਦੇ ਸਭ ਤੋਂ ਛੋਟੇ ਭਰਾ ਸੁਰੇਸ਼ ਬਟਾਲਵੀ ਜੀ, ਇਹ ਇਹਨਾਂ ਦੇ ਭੈਣ ਭਰਾ ਸੀਗੇ, ਛੇ ਭੈਣ ਭਰਾ। ਔਰ ਬਾਕੀ ਫਿਰ ਅੱਗੋਂ ਉਹਨਾਂ ਦਾ ਪਰਿਵਾਰ ਹੈ, ਉਹਨਾਂ ਦੇ ਦੋ ਬੱਚੇ, ਬਾਕੀ ਮੇਰੇ ਅਸੀਂ ਵੀ ਦੋ ਭੈਣ ਭਰਾ ਸੀਗੇ ਅੱਗੋਂ, ਤੇ ਬਾਕੀ ਮੇਰੇ। ਉਹਨਾਂ ਦੇ ਬੱਚੇ ਕਿੱਥੇ ਨੇ? ਦੇਖੋ ਇਸ ਵੇਲੇ ਉਹ ਉਹਨਾਂ ਦਾ ਬੇਟਾ ਕੈਨੇਡਾ ਜੀ, ਸਾਡਾ ਭਰਾ ਮਿਹਰਬਾਨ ਜੀ, ਤੇ ਚਾਚੀ ਜੀ ਵੀ ਉਹਨਾਂ ਦੇ ਨਾਲ ਹੀ ਹੁਣ ਨੈਚਰ ਦੇ ਹੈਗੇ ਆ, ਤੇ ਦੂਸਰਾ ਉਹਨਾਂ ਦੀ ਬੇਟੀ ਪੂਜਾ ਉਹ ਅਮੈਰੀਕਾ 'ਚ ਜੀ। ਹਾਂਜੀ, ਤੇ ਤਕਰੀਬਨ ਉਹਨਾਂ ਦਾ ਪਰਿਵਾਰ ਬਾਹਰ ਜਾ ਚੁੱਕਾ ਇੱਥੇ, ਤੇ ਬਾਕੀ ਜਿਹੜੇ ਬਾਕੀ ਭੈਣ ਭਰਾ ਨੇ ਉਹ ਵੀ ਦੋ ਭੂਆ ਜੀ ਦੋਨੋਂ ਕੈਨੇਡਾ ਨੇ, ਤੇ ਬਾਕੀ ਉਹਨਾਂ ਦੇ ਦੋ ਬ੍ਰਦਰ ਇੱਥੇ ਹੀ ਨੇ, ਇੱਕ ਦਿੱਲੀ ਨੇ ਤੇ ਦੂਸਰੇ ਵੀ ਉਹਨਾਂ ਦਾ ਬੇਟਾ ਆਰਮੀ 'ਚ ਹੈ, ਉਹ ਵੀ ਦਿੱਲੀ। ਸੋ ਕਿਤੇ ਨਾ ਕਿਤੇ ਲੱਗਦਾ ਨੇ ਕਿ ਸਾਲ ਬਾਅਦ ਜਦੋਂ ਇਹ ਬਰਸੀ ਦਾ ਤਿਉਹਾਰ ਆਉਂਦਾ, ਸਰਤਾਂਜਲੀ ਫਿਰ ਭੇਂਟ ਕਰਦੇ ਨੇ ਲੋਕ, ਤੁਸੀਂ ਵੀ ਕਰਦੇ ਹੋ ਪਰਿਵਾਰ ਵੀ,
ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਸਾਡੇ ਵਿੱਚ ਆਣ ਕੇ ਮੌਜੂਦ ਹੋਵੇ ਜੀ। ਬਟਾਲਵੀ ਸਾਹਿਬ ਇਸ ਘਰ ਚੋਂ ਕਦੀ ਵੀ ਨਹੀਂ ਗਏ। ਦੇਖੋ ਬਜ਼ੁਰਗ ਕਦੀ ਮਰਦੇ ਨਹੀਂ ਆ ਜੀ, ਅਗਰ ਤੁਹਾਡੇ ਨਾਲ ਉਹਨਾਂ ਦੀ ਅਟੈਚਮੈਂਟ ਹੈ, ਤੁਸੀਂ ਇੱਕ ਪਰਿਵਾਰ ਨਾਲ ਜੁੜੇ ਹੋਏ ਹੋ, ਤਾਂ ਉਹ ਤੁਹਾਡੇ ਵਾਸਤੇ ਕਦੀ ਨਹੀਂ ਮਰਦੇ। ਉਹ ਅਮਰ ਨੇ ਔਰ ਹਮੇਸ਼ਾ ਇਸ ਘਰ 'ਚ ਉਹਨਾਂ ਦੀ ਰੂਹ ਹੈਗੀ, ਔਰ ਹਮੇਸ਼ਾ ਜਦੋਂ ਉਹਨਾਂ ਦੀ ਬਰਸੀ ਜਾਂ ਜਨਮ ਦਿਨ ਮਨਾਇਆ ਜਾਂਦਾ ਉਹ ਸਾਨੂੰ ਲੱਗਦਾ ਸਾਡੇ 'ਚ ਮੌਜੂਦ ਹੀ ਹੁੰਦੇ ਆ। ਸੋ ਅੱਜ ਵੀ ਕਿਤੇ ਉਹਨਾਂ ਦੇ ਤੁਸੀਂ ਬੋਲ ਸੁਣਾਏ ਨੇ ਤੇ ਲੂਣ ਕੰਡੇ ਖੜੇ ਹੋ ਗਏ ਆ। ਹਾਂਜੀ, ਕਿਉਂਕਿ ਸੱਚੀ ਸਾਡੇ ਤੋਂ ਪਹਿਲਾਂ ਦੀਆਂ ਗਾਈਆਂ ਹੋਈਆਂ ਨੇ, ਬੋਲੇ ਹੋਏ ਨੇ ਬੋਲ, ਪਰ ਸਾਡਾ ਵੀ ਕਿਤੇ ਨਾ ਕਿਤੇ ਲੂਣ ਕੰਡੇ ਖੜੇ ਹੋ ਗਏ। ਕੀ ਕਹਿਣਾ ਚਾਹੁੰਦੇ? ਬਿਲਕੁਲ ਇਹ 'ਚ ਸਹੀ ਗੱਲ ਹੈ, ਕਿਉਂਕਿ ਬਟਾਲਵੀ ਸਾਹਿਬ ਨੇ ਜਿਹੜੀ ਸ਼ਬਦਾਂ ਦੀ ਲੜੀ ਆਪਣੀ ਆਪਣੀ ਕਵਿਤਾਵਾਂ 'ਚ ਪਰੋਈ ਹੈ, ਉਹ ਇਸ ਖੂਬਸੂਰਤੀ ਨਾਲ ਪਰੋਈ ਹੈ ਕਿ ਉਹ ਇੱਕ ਬਾਣੀ ਦਾ ਰੂਪ ਲੈ ਚੁੱਕੀ ਹੈ ਉਹਨਾਂ ਦੀ ਪੋਇਟਰੀ। ਔਰ ਜਿਸ ਤਰ੍ਹਾਂ ਸਾਡੇ ਗ੍ਰੰਥ ਲਿਖੇ ਗਏ ਸੰਤਾਂ ਨੇ ਜਾਂ ਫਕੀਰਾਂ ਨੇ ਜਾਂ ਸਾਡੇ ਪੀਰਾਂ ਨੇ ਪੈਗੰਬਰਾਂ ਨੇ, ਉਸੇ ਤਰ੍ਹਾਂ ਬਟਾਲਵੀ ਸਾਹਿਬ ਨੇ ਇੱਕ ਆਪਣੀ ਜਿੰਨੀ ਵੀ ਪੰਜਾਬੀ ਕਾਵਿ ਦੀ ਰਚਨਾ ਕੀਤੀ ਹੈ ਉਹ ਇੱਕ ਗ੍ਰੰਥ ਦੀ ਤਰ੍ਹਾਂ ਹੀ ਹੈ। ਅਗਰ ਕਿਹਾ ਜਾਏ ਤਾਂ ਪੰਜਾਬੀ ਕਾਵਿ ਦਾ ਗ੍ਰੰਥ ਉਹ ਸ਼ਿਵ ਬਟਾਲਵੀ ਨੂੰ ਅਸੀਂ ਸਮਝਦੇ ਹਾਂ। ਸੋ ਤੁਸੀਂ ਫਿਰ ਤੁਹਾਨੂੰ ਵੀ ਕਾਫੀ ਫੰਕਸ਼ਨਾਂ ਤੇ ਬੁਲਾਉਂਦੇ ਹੋਣੇ ਨੇ, ਉੱਥੇ ਵੀ ਫਿਰ ਮਾਣ ਮਹਿਸੂਸ ਹੁੰਦਾ ਕਿ ਜਦੋਂ ਤੁਸੀਂ ਜਾਂਦੇ ਹੋ ਤੇ ਸਟੇਜ ਤੇ ਸਨਮਾਨਿਤ ਕਰਦੇ ਨੇ ਜੀ? ਇਹ ਇੱਕ ਦੇਖੋ ਹੈ ਤੇ ਇਹ ਰਾਜਨੀਤੀ ਨਾਲ ਦਾ ਹੀ ਇੱਕ ਮਸਲਾ ਹੈ ਕਿ ਜਿਹੜੇ ਸਾਨੂੰ ਆਉਣ ਵਾਲੇ ਮੌਜੂਦਾ MLA ਜਾਂ ਕੋਈ ਉਸ ਤੋਂ ਪਹਿਲੇ ਹੋਏ ਆ ਜੋ ਬੁਲਾਉਂਦੇ ਨੇ ਤੇ ਅਸੀਂ ਜ਼ਰੂਰ ਜਾਂਦੇ ਰਹੇ ਹਾਂ, ਜੇ ਕੋਈ ਨਹੀਂ ਬੁਲਾਉਂਦਾ ਤਾਂ ਫਿਰ ਅਸੀਂ ਨਹੀਂ ਵੀ ਜਾਂਦੇ। ਇਹ ਡਿਪੈਂਡ ਕਰਦਾ ਉਹਨਾਂ ਦੇ ਆਪਣੀ ਮੈਂਟੈਲਿਟੀ ਤੇ ਔਰ ਆਪਣੀ ਸੋਚ ਤੇ, ਤੇ ਬਾਕੀ ਕੋਈ ਮਾਣ ਮਹਿਸੂਸ ਹੁੰਦਾ ਕਿ ਨਹੀਂ ਅੱਜ ਵਾਕਈ ਉਹਨਾਂ ਨੂੰ ਯਾਦ ਰੱਖਦੇ ਹੋਏ ਕਿਤੇ ਨਾ ਕਿਤੇ ਸਾਡੇ ਵਿੱਚ ਹੀ ਮੌਜੂਦ ਜੀ। ਜਦੋਂ ਉਹ ਸਾਨੂੰ ਬੁਲਾਉਂਦੇ ਨੇ ਤੇ ਇੱਕ ਫਖਰ ਔਰ ਮਾਣ ਤੇ ਹੁੰਦਾ ਹੀ ਹੈ ਕਿ ਅਸੀਂ ਪਰਿਵਾਰ ਦੇ ਸਦੱਸਿਆ ਉਹਨਾਂ ਦੇ ਬਲੱਡ ਰਿਲੇਸ਼ਨ 'ਚ ਹਾਂ ਔਰ ਸਾਨੂੰ ਉਹਨਾਂ ਨੇ ਇਹ ਮਾਣ ਬਖਸ਼ਿਆ, ਔਰ ਕੁਦਰਤੀ ਸਾਨੂੰ ਆਪਣੇ ਆਪ 'ਚ ਉਸ ਵੇਲੇ ਬੜਾ ਫਖਰ ਮਹਿਸੂਸ ਹੋਇਆ। ਸੋ ਹੋਰ ਵੀ ਪਰਿਵਾਰ ਦੇ ਮੈਂਬਰ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪਰਿਵਾਰ ਦੇ ਵਿੱਚੋਂ ਇਸ ਘਰ ਦੇ ਵਿੱਚੋਂ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਹਾਲੇ ਵੀ ਬਰਕਰਾਰ ਨੇ, ਅੱਜ ਵੀ ਲੋਕ ਆਉਂਦੇ ਨੇ ਤਾਂ ਜਦੋਂ ਬੋਲ ਸੁਣਾਉਂਦੇ ਨੇ ਤੇ ਏਦਾਂ ਲੱਗਦਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਜੀ ਅੱਜ ਵੀ ਜਿਹੜੇ ਕਿਤੇ ਨਾ ਕਿਤੇ ਇੱਥੇ ਮੌਜੂਦ ਨੇ। ਗੱਲਬਾਤ ਕਰਦੇ ਆ ਜੀ, ਸੋ ਨਮਸਕਾਰ। ਹਾਂਜੀ ਨਮਸਕਾਰ। ਕੀ ਨਾਮ ਜੀ? ਮੇਰਾ ਨਾਮ ਜੀ ਸੀਮਾ ਬਟਾਲਵੀ ਹੈ। ਸੋ ਤੁਹਾਡੇ ਕੀ ਲੱਗਦੇ ਸੀਗੇ ਸ਼ਿਵ ਕੁਮਾਰ? ਮੇਰੇ ਜੀ, ਮੈਂ ਜਿੱਥੇ ਵੀ ਜਾਂਦੀ ਹਾਂ ਮੈਨੂੰ ਬੜਾ ਫਖਰ ਮਹਿਸੂਸ ਹੁੰਦਾ ਕਿ ਮੈਂ ਉਸ ਪਰਿਵਾਰ ਦੀ ਬਹੂ ਹਾਂ, ਔਰ ਇਸ ਦੇ ਨਾਤੇ ਮੈਨੂੰ ਇਹ ਪ੍ਰਾਊਡ ਜਿਹੜਾ ਰਹਿੰਦੀ ਜ਼ਿੰਦਗੀ ਤੱਕ ਜਿਹੜਾ ਮੈਨੂੰ ਤਾਂ ਰਹੇਗਾ, ਮੇਰੀ ਅਗਲੀ ਮੇਰੇ ਬੱਚਿਆਂ ਨੂੰ ਵੀ ਇਹ ਮਾਣ ਮਹਿਸੂਸ ਹੋਏ। ਸੋ ਜਦੋਂ ਆਪਣੇ ਮੰਮੀ ਪਾਪਾ ਦੇ ਘਰ ਜਾਂਦੇ ਹੋ ਫਿਰ ਲੋਕ ਵੀ ਕਿਤੇ ਨਾ ਕਿਤੇ ਖੁਸ਼ ਹੁੰਦੇ ਨੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆਏ ਨੇ, ਤੇ ਬੜੀ ਖੁਸ਼ੀ ਵਾਲੀ ਗੱਲ ਹੈ ਜੀ। ਦੇਖੋ ਜੀ, ਉਹਨਾਂ ਨੂੰ ਵੀ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਉਹ ਪੋਇਟ ਜਿਹੜੇ ਕਿ ਜਿਨ੍ਹਾਂ ਨੂੰ ਕਾਲਜ ਜਾਂ ਸਕੂਲ ਦੀਆਂ ਬੁੱਕਸ ਦੇ ਵਿੱਚ ਇੱਕ ਪੋਇਟਰੀ ਦੇ ਰੂਪ ਦੇ ਵਿੱਚ ਅਸੀਂ ਪੋਇਟ ਨੂੰ ਜਾਣਦੇ ਸੀ, ਤੇ ਜਦੋਂ ਮੇਰਾ ਰਿਸ਼ਤਾ ਇਸ ਘਰ ਦੇ ਵਿੱਚ ਹੋਇਆ ਤੇ ਉਹਨਾਂ ਨੂੰ ਇੱਕ ਬੜਾ ਫਖਰ ਮਹਿਸੂਸ ਹੋਇਆ ਕਿ ਅਸੀਂ ਉਸ ਘਰ ਦੇ ਵਿੱਚ ਆਪਣੀ ਬੇਟੀ ਦੀ ਇੰਗੇਜਮੈਂਟ ਕੀਤੀ ਹੈ, ਜਿਹੜੇ ਕਿ ਪੂਰੇ ਪੰਜਾਬ 'ਚ ਨਹੀਂ ਆਲ ਵਰਲਡ ਜਿੱਥੇ ਇੱਕ ਪੰਜਾਬੀ ਕਮਿਊਨਿਟੀ ਹੈ ਉਹਨਾਂ ਨੇ ਪੋਇਟ ਨੂੰ ਬੜੇ ਇੱਕ ਉੱਚੇ ਪੱਧਰ 'ਤੇ ਜਾਣਿਆ ਜਾਂਦਾ, ਤੇ ਅਸੀਂ ਉਸ ਪਰਿਵਾਰ ਦੇ ਨਾਲ ਸਾਡਾ ਰਿਸ਼ਤਾ ਜੁੜ ਗਿਆ, ਤੇ ਉਹਨਾਂ ਨੂੰ ਵੀ ਬੜਾ ਫਿਕਰ ਮਹਿਸੂਸ ਹੁੰਦਾ ਹੈ ਕਿ ਜਦੋਂ ਬੜੀ ਫਖਰ ਨਾਲ ਕਹਿੰਦੇ ਆ ਕਿ ਰਾਜੀਵ ਬਟਾਲਵੀ ਜਾਂ ਸੀਮਾ ਬਟਾਲਵੀ ਸ਼ਿਵ ਬਟਾਲਵੀ ਦੇ ਭਤੀਜਾ ਔਰ ਭਤੀਜਾ ਬਹੂ, ਤੇ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ। ਹਾਂਜੀ, ਸੋ ਗੱਲਬਾਤ ਕੀਤੀ ਜੀ ਉਹਨਾਂ ਦੇ ਭਤੀਜਾ ਐਂਡ ਭਤੀਜੀ ਨੇ, ਤੇ ਬੜਾ ਮਾਣ ਵਾਲੀ ਗੱਲ ਹੁੰਦੀ ਹੈ, ਅੱਜ ਵੀ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਸਾਡੇ ਪਰਿਵਾਰ ਦੇ ਵਿੱਚ ਇਸ ਘਰ ਦੇ ਵਿੱਚ ਮੌਜੂਦ ਨੇ, ਕਿਉਂਕਿ ਲੋਕ ਜਦੋਂ ਉਹਨਾਂ ਦਾ ਕੋਈ ਲਿਖਿਆ ਹੋਇਆ ਗਾਣਾ ਜਾਂ ਗਜ਼ਲ ਕੋਈ ਵੀ ਉਹਨਾਂ ਦਾ ਸੁਣਦੇ ਨੇ ਤਾਂ ਲੂਣ ਕੰਡੇ ਖੜੇ ਹੋ ਜਾਂਦੇ ਨੇ। ਸੋ ਵੀਡੀਓ ਨੂੰ ਪੰਜਾਬ ਤੋਂ ਲੈ ਕੇ ਫੋਰਨ ਤੱਕ ਪਹੁੰਚਾ ਦਿਓ ਤਾਂ ਕਿ ਜਿਹੜੇ ਉਹਨਾਂ ਦੇ ਚਹੇਤੇ ਨੇ, ਜਿਹੜੇ ਉਹਨਾਂ ਨੂੰ ਪਸੰਦ ਕਰਦੇ ਨੇ, ਜਿਹੜੇ ਚਾਹੁੰਦੇ ਨੇ ਉਹਨਾਂ ਨੂੰ, ਉੱਥੋਂ ਤੱਕ ਜਿਹੜੀ ਵੀਡੀਓ ਹੈ ਪਹੁੰਚਣੀ ਚਾਹੀਦੀ ਹੈ। ਸੋ ਕੈਮਰਾ ਪਰਸਨ ਔਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ।